ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰਾਂ ਦੇ ਫੈਨ ਇੱਕ ਗੈਂਗ ਦਾ ਪਰਦਾਫਾਸ਼ ਕੀਤਾ। ਇਹ ਗੈਂਗ ਨਾ ਸਿਰਫ ਗੈਂਗਸਟਰਾਂ ਦਾ ਫੈਨ ਸੀ ਬਲਕਿ ਚਿੱਟੇ ਅਤੇ ਹਥਿਆਰਾਂ ਦਾ ਧੰਦਾ ਵੀ ਕਰਦਾ ਸੀ। ਜੇਕਰ ਪੁਲਿਸ ਦੀ ਮੰਨੀਏ ਤਾਂ ਇਹਨਾਂ ਨੂੰ ਸਫਾਰੀ ਗੱਡੀ ਦੇ ਵਿੱਚ ਰੋਕਿਆ ਗਿਆ, ਜਿਸ ਤੋਂ ਬਾਅਦ ਭਾਰੀ ਮਾਤਰਾ 'ਚ ਚਿੱਟੇ ਦੀ ਖੇਪ ਬਰਾਮਦ ਹੋਈ। ਇਸ ਦੇ ਨਾਲ ਹੀ ਇਹਨਾਂ ਕੋਲੋਂ ਜਦੋਂ ਤਲਾਸ਼ੀ ਲਿੱਤੀ ਗਈ ਤਾਂ ਖਤਰਨਾਕ ਹਥਿਆਰ ਵੀ ਮਿਲੇ। ਪੁਲਿਸ ਨੇ ਇਹਨਾਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਫਰੋਲੇ, ਜਿਸ ਦੇ ਵਿੱਚ ਕਈ ਗੈਂਗਸਟਰਾਂ ਦੇ ਨਾਲ ਇਹਨਾਂ ਦੇ ਸੰਬੰਧ ਮਿਲੇ ਨੇ, ਜਿਨ੍ਹਾਂ ਵਿੱਚ ਰਿੰਕੇ ਵਰਗੇ ਗੈਂਗਸਟਰ ਵੀ ਸ਼ਾਮਲ ਨੇ। ਜੇਕਰ ਅੰਮ੍ਰਿਤਸਰ ਪੁਲਿਸ ਦੀ ਮੰਨੀਏ ਤਾਂ ਇਹਨਾਂ ਦੇ ਲਿੰਕ ਗੈਂਗਸਟਰਾਂ ਨਾਲ ਹੋਣ ਕਰਕੇ ਇਸ ਗੱਲ ਦੀ ਪੜਤਾਲ ਵੀ ਕੀਤੀ ਜਾਏਗੀ ਕਿ ਚਿੱਟੇ ਦੇ ਧੰਦੇ ਦਾ ਗੈਂਗਸਟਰਾਂ ਦੇ ਨਾਲ ਕੀ ਕਨੈਕਸ਼ਨ ਹੈ। ਤੁਸੀਂ ਆਪ ਹੀ ਵੇਖ ਲਵੋ। ਇਸ ਮੌਕੇ ਤੇ ਪ੍ਰੈਸ ਕਾਨਫਰੰਸ ਕਰਕੇ ਮੁਖਵਿੰਦਰ ਸਿੰਘ ਭੁੱਲਰ DCP ਅੰਮ੍ਰਿਤਸਰ ਨੇ ਕੀ ਕਿਹਾ? ਦੈਨਿਕ ਮੇਲ ਪੰਜਾਬੀ TV ਦੇ ਅੰਮ੍ਰਿਤਸਰ ਤੋਂ ਪੱਤਰਕਾਰ ਸੋਨੂੰ ਸੋਢੀ ਦੀ ਰਿਪੋਰਟ ਵੇਖੋ। ਕੱਲ ਇੰਸਪੈਕਟਰ CIA ਦੀ ਅਗਵਾਈ ਦੇ ਵਿੱਚ ਜਿਹੜੀ ਇਹਨਾਂ ਦੀ ਸਾਰੀ ਟੀਮ ਨੂੰ ਇੱਕ ਉਸ ਵੇਲੇ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਰਜਿੰਦਰ ਸਿੰਘ ਗਿਆਨੀ ਜੀ ਦਾ ਛੋਟਾ ਨਾਂ ਰੋਹਿਤ ਵੀ ਹੈ, ਇਹਨੂੰ ਜਦੋਂ ਸੁਲਤਾਨ ਪਿੰਡ ਦੇ ਏਰੀਆ ਦੇ ਵਿੱਚੋਂ 300 ਗ੍ਰਾਮ ਹੀਰੋਇਨ ਨਾਲ ਪਕੜਿਆ ਔਰ ਉਹ ਕੇਸ ਰਜਿਸਟਰ ਕਰਕੇ ਜਦੋਂ ਇਹਦੇ ਕੋਲ ਪੁੱਛ ਪੜਤਾਲ ਕੀਤੀ ਗਈ ਤਾਂ ਉਹਨੇ ਅੱਗੇ ਦੱਸਿਆ ਵੀ ਇਹ ਜਿਹੜੀ ਹੈ ਰੋਹਿਤ ਜੋਸ਼ੀ ਔਰ ਸ਼ਿਵਮ ਔਰ ਤੀਸਰਾ ਵਿਕਰਮ ਜਿਹੜਾ ਇਹਨਾਂ ਕੋਲੋਂ ਇਹ ਸਾਰਾ ਸਮਾਨ ਲੈਂਦਾ ਸੀਗਾ ਜੋ ਇਹ ਜਿਹੜੇ ਬੰਦੇ ਨੇ ਵੇਚਦੇ ਨੇ, ਜੋ ਇਹਨਾਂ ਨੇ ਉਸ ਦੇ ਉੱਤੇ ਜਿਹੜੀ ਆ ਇਹਨਾਂ ਨੇ ਇੱਕ ਨਾਕਾ ਲਗਾਇਆ ਔਰ ਉਹਨਾਂ ਤਿੰਨਾਂ ਬੰਦਿਆਂ ਨੂੰ ਇੱਕ ਟਾਟਾ ਸਫਾਰੀ ਗੱਡੀ ਦੇ ਵਿੱਚ ਜਿਹੜਾ ਆ ਦੁਸ਼ਹਿਰਾ ਗਰਾਊਂਡ ਰਣਜੀਤ ਐਵੀਨਿਊ ਕੋਲੋਂ ਅਰੈਸਟ ਕੀਤਾ ਔਰ ਉਹਨਾਂ ਦੀ ਸਰਚ ਦੌਰਾਨ ਜਿਹੜਾ ਉਹਨਾਂ ਕੋਲੋਂ 2 ਪਿਸਟਲ 32 ਦੇ ਨਾਲ ਇਹਨਾਂ ਦੇ 4 ਰਾਉਂਡ ਔਰ 2 ਕਿਲੋ ਜਿਹੜੀ ਹੈਰੋਇਨ ਜਿਹੜੀ ਉਹਨਾਂ ਨੇ ਰਿਕਵਰ ਕੀਤੀ, ਜੋ ਉਸ ਵਿੱਚ ਇਹਨਾਂ ਨੇ ਕੇਸ ਰਜਿਸਟਰ ਕਰਕੇ ਅੱਗੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹਦੇ ਵਿੱਚ ਜਿਹੜੇ ਅੱਜ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ। ਇਹਨਾਂ ਦੇ ਵਿੱਚੋਂ ਜਿਹੜਾ ਇੱਕ ਲੜਕਾ ਸ਼ਿਵਮ ਹੈ ਇਹਦੇ ਉੱਤੇ ਪਹਿਲਾਂ 270 ਗ੍ਰਾਮ ਦਾ ਕੇਸ ਰਜਿਸਟਰ ਹੈ, ਜਿਹੜਾ ਬਾਕੀ ਦੋਨੋਂ ਹੈ ਉਹਨਾਂ ਦੇ ਉੱਤੇ ਹਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਸੀਗਾ ਔਰ ਇਹਨਾਂ ਦੀ ਜਿਹੜੀ ਪੁੱਛ ਪੜਤਾਲ ਚੱਲ ਰਹੀ ਹੈ। ਉਸ ਤੋਂ ਬਾਅਦ ਜੋ ਵੀ ਅੱਗੇ ਆਏਗਾ ਉਹ ਬਰੀਫ ਦੇ ਵਿੱਚ ਤੁਹਾਨੂੰ ਦੁਬਾਰਾ ਬਰੀਫ ਕਰਦੇ ਕੀ ਨਹੀਂ ਹੈ ਮਤਲਬ ਇਹ ਆਹੀ ਹੈਰੋਨ ਵੇਚਣ ਦਾ ਕੰਮ ਹੀ ਕਰਦੇ ਆ, ਲੁਕ ਛਿਪ ਕੇ ਰਹਿੰਦੇ ਨੇ, ਕੋਈ ਟਿਕਾਣਾ ਨਹੀਂ ਹੈ ਇਹਨਾਂ ਦਾ, ਕਦੀ ਕਿਰਾਏ 'ਤੇ ਕਿਤੇ ਰਹਿੰਦੇ ਕਦੀ ਕਿਤੇ ਰਹਿੰਦੇ ਨੇ ਔਰ ਕੱਲ੍ਹ ਜਿਹੜਾ ਸ਼ਾਮ ਨੂੰ ਇਹਨਾਂ ਨੂੰ ਜਿਹੜਾ ਕਾਰ ਦੇ ਵਿੱਚ ਪਕੜਿਆ ਸੀ। ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਦੇ ਕੋਲ, ਕੋਈ ਅਜੇ ਤੱਕ ਤਾਂ ਇਹਨਾਂ ਨੇ ਦੱਸਿਆ ਵੀ ਕਾਲੇ ਰੰਗ ਦੀ ਕ੍ਰੇਟਾ ਕਾਰ ਹੈ ਜਿਹੜੀ ਉਹ ਇਹਨਾਂ ਨੂੰ ਡਿਲੀਵਰ ਕਰਕੇ ਗਈ ਸੀਗੀ ਔਰ ਇਹਨਾਂ ਦੇ ਜਿਹੜੇ ਅਸੀਂ ਫੇਸਬੁੱਕ ਅਕਾਊਂਟ ਨੇ ਜਾਂ ਜਿਹੜੇ ਇਹਨਾਂ ਦੇ ਦੂਸਰੇ ਆਪਣਾ ਇੰਸਟਾਗ੍ਰਾਮ ਅਕਾਊਂਟ ਨੇ ਉਹ ਸਾਰੇ ਅਸੀਂ ਜਿਹੜੇ ਸਟੱਡੀ ਕਰ ਰਹੇ ਹਾਂ। ਉਹਦੇ ਵਿੱਚ ਇਹਨਾਂ ਦੇ ਨਾਲ ਕੁਛ ਗੈਂਗਸਟਰਸ ਦੇ ਵੀ ਜਿਹੜੇ ਲਿੰਕ ਜੁੜਦੇ ਆ, ਅਗਰ ਰਿੰਕੇ ਦੀਆਂ ਵੀ ਕਾਫੀ ਫੋਟੋਗ੍ਰਾਫਸ ਨੇ, ਕੋਈ ਮਣੀ ਆ ਜਿਹੜਾ ਹੁਸ਼ਿਆਰਪੁਰ ਜੇਲ੍ਹ 'ਚ ਆ ਉਹਦੇ ਨਾਲ ਵੀ ਕਾਫੀ ਆ, ਬਾਕੀ ਇਹਨਾਂ ਦੇ ਜਿਹੜੇ ਫੋਨ ਆ ਅਸੀਂ ਸਾਰੇ ਉੱਥੇ ਭੇਜ ਕੇ ਫੋਰੈਂਸਿਕ ਸਾਇੰਸ ਦੇ ਵਿੱਚ ਉਹਨਾਂ ਦੇ ਫਾਰਵਰਡ ਬੈਕਵਰਡ ਲਿੰਕਸ ਜਿਹੜੇ ਨੇ ਉਹ ਲੈ ਰਹੇ ਹਾਂ। ਅਜੇ ਤੱਕ ਕੋਈ ਨਹੀਂ, ਜਦੋਂ ਇਹਨਾਂ ਦਾ ਪੁੱਛ ਪੜਤਾਲ ਕਰਾਂਗੇ ਹੋ ਸਕਦਾ ਕੋਈ ਨਿਕਲਾ। ਸ਼ਿਵਮ ਕਿਹੜੇ ਕੇਸ 'ਚ ਪਹਿਲਾਂ ਫੜਿਆ ਗਿਆ? ਸ਼ਿਵਮ ਦਾ 270 ਗ੍ਰਾਮ ਹੈਰੋਇਨ ਪਕੜੀ ਗਈ ਸੀ। ਪਰ ਕੈਮਰੇ ਦਾ ਕੀ ਕੰਮ ਕੀ ਕਰਦਾ? ਇਹਦੇ ਵਿੱਚ ਲਿਖਿਆ ਹੋਣਾ ਡੀ ਡਿਵੀਜ਼ਨ ਦੇ ਵਿੱਚ ਮੇਰੇ ਹਰ ਦਿੱਤੇ ਹੋਈ ਹੈ। ਪਹਿਲਾਂ ਦੱਸੋ ਪੁਰਾਣਾ ਕੇਸ ਰਜਿਸਟਰ। ਚੰਡੀਗੜ੍ਹ ਰਹਿੰਦਾ ਸੀ ਸ਼ਿਵਮ? ਨਹੀਂ ਨਹੀਂ, ਇੱਥੇ ਰਹਿੰਦਾ। ਸਰ ਸਮਾਨ ਦੱਸ ਦਿਓ। ਇਹਦੇ 2 ਕਿਲੋ 300 ਗ੍ਰਾਮ ਹੈਰੋਇਨ, 2 ਪਿਸਟਲ ਨੇ, 32 ਬੋਰ ਦੇ, 1 ਮੈਗਜ਼ੀਨ ਹੈ ਇਹਨਾਂ ਦਾ ਔਰ 4 ਜਿਹੜੇ ਆ ਜਿੰਦਾ ਰਾਉਂਡ ਮਿਲੇ। ਪਿਸਟਲ ਇਹਨਾਂ ਨੂੰ ਆਪਦੀ ਪ੍ਰੋਟੈਕਸ਼ਨ ਲਈ ਰੱਖਦੇ ਸੀਗੇ, ਜੇ ਕਿਤੇ ਕੋਈ ਇਹੋ ਜਿਹਾ ਲੱਗਿਆ ਇਹਨਾਂ ਨੂੰ ਗੋਲੀ ਚਲਾਉਣ ਦੀ ਲੋੜ ਹੋਵੇ ਗੋਲੀ ਚਲਾ ਕੇ ਨਿਕਲ ਜਾਂਦੇ ਸੀ। ਇੱਕ ਵਾਰ ਦਰਦ ਕੀਤੀ ਇੱਕ ਬੰਦੇ ਨੇ ਸ਼ਿਵਮ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ।
लाटरी नंबर पाओ भावे 649 हो लोटोमैक्स धोखेबाज प्रेमी प्रेमिका सौतन दुश्मन अपनी अखा सामने तड़फदा वेखो 7082844950। पंडित एम के शर्मा, फीस नहीं इनाम लवांगा, धोखा नहीं कम करांगा, माता रानी ने चाहिया ता खून दे हंजू नहीं आन देवांगा। पंडित मौलवी तो विश्वास खो चुके एक बार जरूर अजमाओ। पंडित एम के शर्मा, प्रेमी प्रेमिका नु मिलाना, सौतन दुश्मन तो छुटकारा, विदेश यात्रा च रुकावट, माता पिता नु मनाना, एक बार मिलाओ फोन ते जरूर अजमाओ अपनी किस्मत। करो संपर्क 9793 95 955।